बहुत गंदा माहौल है, बहुत गंदा माहौल आ गया ना ये, कब गंदा आ सकता। ਲੇਬਰ ਦੇ ਨਾਲ ਦੇ ਦੱਸੋ ਵੀ ਇਹ ਮਾਲ ਗਲਤ ਹੈ, ਅਸੀਂ ਨਾਲ ਦੇ ਟਰੱਕ ਰੁਕੇ ਸਾਰੇ ਟੈਕਨੀਕਲ ਵਾਲਾ ਜਿਹੜਾ ਸਟਾਫ ਹੈ, ਟੈਕਨੀਕਲ ਵਾਲਾ ਸਟਾਫ ਚੈੱਕ ਕਰਦਾ ਵੀ ਮਾਲ ਸਹੀ ਹੈ ਜਾਂ ਗਲਤ ਹੈ। ਅਸੀਂ ਤਾਂ ਲੋਡਿੰਗ ਵਾਲੇ ਹਾਂ ਅਤੇ ਉਹ ਟੈਕਨੀਕਲ ਵਾਲਿਆਂ ਨੇ ਚੈੱਕ ਕੀਤਾ ਤਾਂ ਅਸੀਂ ਬੁਲਾ ਲਏ ਨਾਲ ਦੇ ਵੀ ਉਹ ਸਾਰਾ ਗਲਤ ਆ ਰਿਹਾ ਮਾਲ, ਉਹ ਚਾਰ ਟਰੱਕ ਸਰ ਨੇ ਚੈੱਕ ਕਰੇ ਤਾਂ ਅਸੀਂ ਚਾਰ ਦੇ ਚਾਰ ਟਰੱਕ ਸਾਰੇ ਵਾਪਸ ਭੇਜੇ। ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ, ਸ਼ਹਾਰਤ ਹੈ, ਕਿਹਨੇ ਕੀਤੀ ਹੈ, ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ 'ਤੇ ਭੇਜ ਰਿਹਾ। ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ, ਉਹ ਸਾਰਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਹੋਣਾ। ਉਰੇ ਚਾਰ ਟਰੱਕ ਆਏ ਸੀਗੇ ਫੂਸ ਦੇ ਵਿੱਚ, ਫੂਸ ਭਰਿਆ ਸੀਗਾ ਵਿੱਚ ਵਿੱਚ, ਸਾਨੂੰ ਪਤਾ ਲੱਗਿਆ ਵੀ ਉਰੇ ਫੂਸ ਭਰਿਆ ਸੀਗਾ ਤਾਂ ਅਸੀਂ ਚਾਰ ਦੇ ਚਾਰ ਟਰੱਕ ਸਾਰੇ ਵਾਪਸ ਭੇਜੇ ਵੀ ਅਸੀਂ ਉਰੇ ਨਹੀਂ ਭਰਨਾ ਹੈਗਾ ਟਰੱਕ। ਪਨਗਰੇਨ ਦੀ ਏਜੰਸੀ ਤੋਂ ਆਏ ਸੀ, ਪਨਗਰੇਨ ਦੀ ਸਪੈਸ਼ਲ ਸਾਨੂੰ ਪਤਾ ਚੱਲਿਆ ਲੇਬਰ ਦੇ ਨਾਲ ਦੱਸਿਆ ਵੀ ਇਹ ਮਾਲ ਗਲਤ ਹੈ, ਅਸੀਂ ਨਾਲ ਦੇ ਟਰੱਕ ਰੁਕੇ ਸਾਰੇ ਟੈਕਨੀਕਲ ਵਾਲਾ ਜਿਹੜਾ ਸਟਾਫ ਹੈ, ਟੈਕਨੀਕਲ ਵਾਲਾ ਸਟਾਫ ਚੈੱਕ ਕਰਦਾ ਵੀ ਮਾਲ ਸਹੀ ਹੈ ਜਾਂ ਗਲਤ ਹੈ। ਅਸੀਂ ਤਾਂ ਲੋਡਿੰਗ ਵਾਲੇ ਹਾਂ ਅਤੇ ਉਹ ਟੈਕਨੀਕਲ ਵਾਲਿਆਂ ਨੇ ਚੈੱਕ ਕੀਤਾ ਤਾਂ ਅਸੀਂ ਬੁਲਾ ਲਏ ਨਾਲ ਦੇ ਵੀ ਉਹ ਸਾਰਾ ਗਲਤ ਆ ਰਿਹਾ ਮਾਲ, ਉਹ ਚਾਰ ਟਰੱਕ ਸਰ ਨੇ ਚੈੱਕ ਕਰੇ ਨਾਲ ਦੀਆਂ ਚਾਰ ਦੇ ਚਾਰ ਕਿਹੜੇ ਆੜਤੀ ਦੇ ਤੁਹਾਨੂੰ ਮਾਲ ਆਏ? ਇਹ ਨਾਮ ਕੋਈ ਨਿੱਜੀ ਕੰਪਨੀ ਚੋਂ ਆਇਆ, ਆੜਤੀ ਦਾ ਕਿੱਥੋਂ ਆਇਆ? ਆੜਤੀ ਦਾ, ਆੜਤੀ ਦਾ ਸਿੱਧਾ ਡਾਇਰੈਕਟ ਚੋਂ ਆ ਰਿਹਾ, ਮੈਲਾ ਰੋਡ ਤੇ ਆ ਫੜ ਉਹਦਾ, ਉਹਦੇ ਪੱਠੇ ਸਾਹਮਣੇ। ਕੀ ਨਾਮ? ਨਾਮ ਕੀ ਨਾਮ? ਨਾਮ ਦੱਸੀ ਜਸਰਾਉਂ ਵਾਲੇ ਦੇ ਅਸੀਂ ਵੀ ਤਾਂ ਨਾਲ ਹੀ ਖੜੇ ਹਾਂ ਜੀ ਅਸੀਂ ਆਪ ਦੇਖ ਰਹੇ ਹਾਂ ਜਦੋਂ ਸਾਨੂੰ ਪਤਾ ਵੀ ਗਲਤ ਮਾਲ ਅਸੀਂ ਤਈਓ ਨਾਲ ਦੇ ਨਾਲ ਭੇਜਿਆ ਅਸੀਂ ਲੋਕਾਂ ਦੀ ਆੜਤੀ ਤੇ ਕੀ ਐਕਸ਼ਨ ਹੋਵੇਗਾ? ਸਾਡਾ ਉਹ ਟੈਕਨੀਕਲ ਸਟਾਫ ਹੀ ਚੈੱਕ ਕਰਕੇ ਭੇਜਦਾ ਵੀ ਇਹ ਮਾਲ ਸਹੀ ਹੈ ਜਾਂ ਨਹੀਂ। ਜਿਹੜੀ ਜਿਹੜੀ ਹੁਣ ਕਣਕ ਦੀਆਂ ਬੋਰੀਆਂ ਚੈੱਕ ਕੀਤੀਆਂ ਨੇ ਇਹਨਾਂ ਚੋਂ ਕਣਕ ਘੱਟ ਨਿਕਲੀ ਹੈ, ਇਹ ਤਾਂ ਬੋਗੀਆਂ ਵਿੱਚੋਂ ਕੱਢੀਆਂ ਨਹੀਂ। ਸਾਡਾ ਮੈਂ ਦੱਸਦਾ ਇਹ ਸਾਡਾ ਕੰਡੇ ਦੇ ਜਿਹੜਾ ਵਜਨ ਆਇਆ ਕੰਡੇ ਦੇ ਬਿਲਕੁਲ ਸਹੀ ਵਜਨ ਆਇਆ ਸਾਡਾ, ਗੱਲ ਸੁਣ ਕੇ ਚੱਲੋ। ਉਸ ਤੋਂ ਬਾਅਦ ਉਰੇ ਆਇਆ ਰਸਤੇ 'ਚ ਜਿਵੇਂ ਚੋਰੀ ਹੋ ਗਈ ਜਾਂ ਕੁਛ ਵੀ ਹੋ ਗਿਆ ਉਹ ਸਾਨੂੰ ਜਿਹੜਾ ਪਿੱਛੋਂ ਫੜ ਤੋਂ ਘੱਟ ਵਜਨ ਆਇਆ ਉਹ ਲੱਗ ਗਿਆ, ਉਹ ਕੰਡੇ ਤੋਂ ਪਤਾ ਲੱਗ ਗਿਆ। ਉਹ ਤਾਂ ਤੁਹਾਨੂੰ ਆਈਡੀਆ ਹੋ ਗਿਆ ਨਾ, ਦੋ ਬੋਰੀਆਂ ਤੁਹਾਡੇ ਸਾਹਮਣੇ ਅਸੀਂ ਵੇਟ ਕਰਾਈਆਂ। ਨਹੀਂ ਵੇਟ ਕਰਾਈਆਂ, 6-7 ਕਿਲੋ ਘੱਟ ਹੈ ਨਾ ਉਹਨਾਂ 'ਚ? ਨਹੀਂ 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 ਮੈਂ ਕਹਿ ਰਿਹਾ ਵੀ ਘੱਟ ਹੈ ਜਾਂ ਕੁਛ ਵੀ ਹੈ ਉਹ 'ਚ, ਮੈਂ ਘੱਟ ਨਹੀਂ, ਮੈਂ ਤਾਂ ਗਿਆ ਨਹੀਂ ਨਾ ਉੱਥੇ ਦੇਖਣ ਜੀ, ਮੈਂ ਨਹੀਂ ਗਿਆ ਸਿੱਖੋ ਸਾਹਿਬ ਇਹ ਨਾ, ਮੈਂ ਉੱਥੇ ਦੇਖਣ ਨਹੀਂ ਗਿਆ ਨਾ, ਮੈਂ ਕਦੀ ਮੈਂ ਚੈੱਕ ਕਰ ਸਕਦਾ ਜੀ, ਉਹ ਤਾਂ ਆਪਣੇ ਪਨਗਰੇ ਨਾਲ ਦਿਖਾਣਗੇ ਜੀ, ਪਨਗਰੇ ਨਾਲ ਕਰਨਗੇ ਸਾਰਾ ਕੁਛ, ਪਨਗਰੇ ਨਾਲ ਬੁਲਾਉਣਗੇ। ਮੈਂ ਪਨਗਰੇ ਸੰਗਰੂਰ ਬਤੌਰ ਇੰਚਾਰਜ ਮੈਂ ਕੰਮ ਕਰ ਰਿਹਾ ਜੀ। ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ 7 ਮੰਡੀਆਂ ਦੇ ਵਿੱਚੋਂ ਅਤੇ ਡਾਇਰੈਕਟ ਡਿਲੀਵਰੀ ਮੰਡੀਆਂ ਦੇ ਵਿੱਚੋਂ ਐਸ ਸੀ ਨੂੰ ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਸਾਡੇ ਕੋਲ ਘੰਟਾ ਕੁ ਪਹਿਲਾਂ ਇਹ ਧਿਆਨ 'ਚ ਲਿਆਂਦਾ ਗਿਆ ਵੀ ਕੁਛ ਟਰੱਕਾਂ ਦੇ ਵਿੱਚ ਜਿਹੜੀਆਂ ਫੂਸ ਦੀਆਂ ਬੋਰੀਆਂ ਉਹ ਪਾਈਆਂ ਗਈਆਂ ਅਤੇ ਫਿਰ ਉਹ ਟਰੱਕ ਨੰਬਰ ਜਦੋਂ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀ ਸੀ, ਜਸਰਾਉ ਟ੍ਰੇਡਿੰਗ ਕੰਪਨੀ,
ਉਹ ਟਰੱਕ ਉੱਥੋਂ ਭਰ ਕੇ ਆਏ ਸੀਗੇ ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਆਰਾ ਜਾਂ SC ਦੁਆਰਾ ਸਟਾਫ ਦੁਆਰਾ ਚੈਕਿੰਗ ਕਰਨ ਦੌਰਾਨ ਉਹ ਪੁੱਛਦੀਆਂ ਬੋਰੀਆਂ ਕੁਛ ਟਰੱਕਾਂ ਦੇ ਵਿੱਚ ਪਾਈਆਂ ਗਈਆਂ ਅਤੇ ਉਸ ਤੋਂ ਬਾਅਦ ਉਹ ਜਿਹੜੀਆਂ ਬੋਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਆੜਤੇ ਨੂੰ ਕੀਤੇ ਗਏ ਨੇ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਅਤੇ ਉਹਦੇ 'ਤੇ ਜਿਹੜੀ ਬਣਦੀ ਕਾਰਵਾਈ ਹੈ ਆੜਤੀ ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਹੈ ਜਾਂ ਉਹਦਾ ਵਜਨ ਮੇਨਟੇਨ ਕਰਨਾ ਉਹ ਆੜਤੀ ਦੀ ਜ਼ਿੰਮੇਵਾਰੀ ਹੈ ਅਤੇ ਉਹ ਸਿੱਧੀ ਉੱਥੋਂ ਆ ਰਹੀ ਹੈ 55 ਬੋਰੀ ਇਸ ਸਪੈਸ਼ਲ ਲਾਈਨ ਅਸੀਂ ਭੇਜਣੀ ਆ ਜਿੱਥੇ ਵੀ ਜਾਊਗੀ ਇਹ ਅਤੇ ਇਸ ਤਰੀਕੇ ਨਾਲ ਜਿਹੜਾ ਉਹਦਾ ਉਹਨੇ ਗਲਤ ਕੰਮ ਕੀਤਾ ਸਰਕਾਰ ਨੂੰ ਮਤਲਬ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਵਜਨ ਦੀ ਗੱਲ ਕਰੀਏ ਇੰਸਪੈਕਟਰ ਸਾਹਿਬ, ਵਜਨ ਵੀ ਘੱਟ ਆ ਰਿਹਾ, ਇੱਕ ਬੋਰੀ 700 ਕਿਲੋ ਵਜਨ ਘੱਟ ਹੈ। ਦੇਖੋ ਜਿਹੜਾ ਵਜਨ ਹੈ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਆੜਤੀ ਦੁਆਰਾ ਉਹਨੇ ਭਰਨਾ ਅਤੇ ਉਹਦੇ ਦੁਆਰਾ ਇਹਨੂੰ ਪੂਰਾ ਕੀਤਾ ਜਾਣਾ। ਕੀ ਉਹਦੇ ਕੀ ਕਾਰਵਾਈ ਹੋਊਗੀ ਜੀ ਹੁਣ ਜਦੋਂ ਇਹ ਚੋਰੀ ਫੜੀ ਗਈ ਉਹਦੀ? ਹਾਂ, ਟਰੱਕ ਵਾਪਸ ਭੇਜਦੇ ਜੀ, ਟਰੱਕ ਵਾਪਸ ਭੇਜੇ ਗਏ। ਕਿਉਂ ਭੇਜੇਗੀ ਉਹਦੀ ਕਾਰਵਾਈ? ਕਾਰਵਾਈ ਤੋਂ ਬਾਅਦ ਹੀ ਹੋਣਾ ਜੀ। ਟਰੱਕ ਦੇਖੋ ਸਪੈਸ਼ਲ ਜਾਣੀ ਹੈ ਦੂਜੀ ਸਟੇਟ ਦੇ ਵਿੱਚ, ਇਹਦੇ ਵਿੱਚ ਉਹ ਮਾਲ ਤਾਂ ਜਿਹੜਾ ਫੜਿਆ ਗਿਆ ਉਹ ਤਾਂ ਨਹੀਂ ਭੇਜਿਆ ਜਾ ਸਕਦਾ। ਜਦੋਂ ਟਰੱਕ ਆਉਂਦੇ ਨੇ ਕੀ ਚੈੱਕ ਨਹੀਂ ਕੀਤਾ ਜਾਂਦਾ ਉਹਨਾਂ ਦਾ? ਕੱਲੀ ਕੱਲੀ ਬੋਰੀ ਚੈੱਕ ਕਰਨਾ ਕੋਈ ਸੰਭਵ ਨਹੀਂ ਹੈ, ਵਜਨ ਚੈੱਕ ਕੀਤਾ? ਟਰੱਕ ਦਾ ਪੂਰੇ ਦਾ ਵਜਨ ਕੀਤਾ ਜਾਂਦਾ? ਗੱਡੀ ਭਰੀ ਖੜੀ ਆ, ਇਹਦਾ ਕੀ ਹੋਊਗਾ ਜੀ? ਇਹਨਾਂ ਦੀ ਬੁਕਿੰਗ ਚੈੱਕ ਕਰੀ ਜਾਣੀ ਹੈ ਕਿਹੜੀ ਜੀ? ਜਿਹੜੀ ਪਰਿਮਾਣ ਗੱਡੀ ਭਰੀ ਖੜੀ ਹੈ ਜੀ? ਨਹੀਂ ਨਹੀਂ, ਇਹਦਾ ਇਹਦੀ ਚੈਕਿੰਗ ਹੈ ਜੀ, ਘੱਟ ਹੈ ਜੀ। ਕਿਹਦੇ ਜੀ? ਖੜਦਾ ਉਹਨਾਂ ਦਾ। ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਮਾਲ ਗੱਡੀ ਭਰੀ ਪਈ ਹੈ, ਕੀ ਇਹ ਚੈਕਿੰਗ ਹੋਊਗੀ ਜੀ? ਦੇਖੋ ਜੀ, ਤੁਸੀਂ ਗੱਲ ਨੂੰ ਥੋੜਾ ਸਮਝੋ ਵੀ ਇਹ ਇੱਕ ਹਰੇਕ ਟਰੱਕ ਦਾ ਕੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਜੀ। ਜਿਹੜਾ ਟਰੱਕ ਦਾ ਵਜਨ ਬਣਦਾ 300 ਬੋਰੀ ਇੱਕ ਟਰੱਕ 'ਚ ਪੈ ਰਹੀ ਹੈ, ਉਹਦਾ ਵਜਨ 150 ਕੁਇੰਟਲ ਆਉਣਾ ਚਾਹੀਦਾ। ਜੇ ਉਹ ਵਜਨ ਘੱਟ ਆਊਗਾ ਤਾਂ ਉਸ ਆੜਤੀ ਦੀ 19 ਪੇਮੈਂਟ ਕੱਟ ਲਈ ਜਾਊ। ਇਹ ਟਰੱਕ ਅਲੱਗ ਅਲੱਗ ਤੁਲ ਕੇ ਆ, ਇਕੱਲੀ ਇਕੱਲੀ ਬੋਰੀ ਤੋਲਣਾ ਕਿਸੇ ਵੀ ਸੰਭਵ ਨਹੀਂ ਹੈ, ਨਾ ਇਕੱਲੀ ਇਕੱਲੀ ਬੋਰੀ ਚੈੱਕ ਕਰਨਾ ਸੰਭਵ ਹੈ। 55,000 ਬੋਰੀ 8 ਘੰਟਿਆਂ ਦੇ ਵਿੱਚ ਭਰ ਕੇ ਲੋਡ ਕਰਕੇ ਭੇਜਣੀ ਹੈ ਤਾਂ ਉਹ ਇਹ ਸੰਭਵ ਨਹੀਂ ਹੈ। ਤੁਹਾਨੂੰ ਲੱਗਦਾ ਕਿ ਸਿਹਤ ਨਾਲ ਖਿਲਵਾੜ ਹੋਊਗਾ? ਬਿਲਕੁਲ ਬਿਲਕੁਲ ਹੋਊਗਾ ਜੀ, ਬਿਲਕੁਲ ਹੋਊਗਾ। ਕੀ ਆੜਤੀ ਦੇ ਖਿਲਾਫ ਕੀ ਐਕਸ਼ਨ ਲਊਗਾ? ਉਹਦਾ ਆੜਤ ਕੈਨਸਲ ਕੀਤੀ ਜਾਊਗੀ, ਉਹਦਾ ਲਾਇਸੈਂਸ ਸਸਪੈਂਡ ਕੀਤਾ ਜਾਊਗਾ ਜੀ, ਤੇ ਉਹਦੇ ਉੱਤੇ ਜੋ ਵੀ ਕਾਰਵਾਈ ਹੈ ਇਹਦੇ ਮਾਰ ਕਮੇਟੀ ਦੇ ਹਦਾਇਤਾਂ ਅਨੁਸਾਰ, ਆੜਤੀ ਦਾ ਲਾਇਸੈਂਸ ਮਾਰ ਕਮੇਟੀ ਦੁਆਰਾ ਜਾਰੀ ਕੀਤਾ ਜਾਂਦਾ, ਉਹ ਕਾਰਵਾਈ ਸਵੇਰ ਤੱਕ ਉਹਦੇ ਉੱਤੇ ਕਰ ਦਿੱਤੀ ਜਾਊਗੀ। ਸਰ, ਜੋ ਅਕਸਰ ਇੱਥੇ ਚੈੱਕ ਕਰ ਰਿਹਾ ਹੁੰਦਾ ਉਹ ਤੇ ਕੀ ਕਾਰਵਾਈ ਹੋਊਗੀ? ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ, ਇਹ ਮੈਂ DFSC ਸਾਹਿਬ ਨੂੰ ਹੁਣੇ ਇਤਲਾਹ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ, ਸ਼ਰਾਰਤ ਹੈ, ਕਿਹਨੇ ਕੀਤੀ ਹੈ, ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ 'ਤੇ ਭੇਜ ਰਿਹਾ। ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ, ਉਹ ਸਾਰਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਵਾਪਰੇ। ਇਹ ਸਰ ਪਨ ਗ੍ਰੇਡ ਵੱਲੋਂ ਲੋਡ ਹੁੰਦੀ ਹੈ ਕਿ ਨਹੀਂ? ਏਜੰਸੀ ਜਿਸ ਤਰ੍ਹਾਂ ਹੈਗੀਆਂ, ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ, ਅਤੇ ਸਾਨੂੰ ਹਰ ਕਾਫੀ ਸਟੇਸ਼ਨ ਦੇ ਵਿੱਚ ਲਹਿਰਾ, ਮੂਨਕ, ਸੁਨਾਮ, ਸੰਗਰੂਰ, ਹਰ ਦਿਨ ਥੋੜ੍ਹੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਕਣਕ ਸਟੋਰੇਜ ਪੁਆਇੰਟ 'ਤੇ ਜਾਂਦੀ ਹੈ, ਅਤੇ ਉਹਦੇ ਤਹਿਤ ਹਰ ਏਜੰਸੀ ਦਾ ਮਾਲ ਹੁੰਦਾ, ਗੋਡਾਊਨ ਦੇ ਵਿੱਚ ਹੁੰਦਾ, ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਹੈ ਸਿੱਧਾ ਮੰਡੀਆਂ ਤੋਂ, ਉਹ ਸਾਰਾ ਕੁਛ।